ਸਭ ਤੋਂ ਵੱਡੀ ਤੇ ਅਹਿਮ ਖਬਰ ਇਹ ਰਹੀ ਸ਼ੁੱਕਰਵਾਰ ਦੀ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਅਦਾਲਤ ਨੇ ਮਨਜ਼ੂਰ ਕਰ ਲਈ ਹੈ 2 ਜੂਨ ਤੱਕ ਹਾਲਾਂਕਿ ਅਰਵਿੰਦ ਕੇਜਰੀਵਾਲ ਨੂੰ ਸਰੈਂਡਰ ਕਰਨਾ ਪਵੇਗਾ ਮੋੜ ਤੋਂ ਅਦਾਲਤ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਸਿਰਫ ਤੇ ਸਿਰਫ ਚੋਣ ਪ੍ਰਚਾਰ ਕਰਨ ਦੇ ਲਈ 1 ਜੂਨ ਤੱਕ ਅੰਤ੍ਰੀਮ ਜ਼ਮਾਨਤ ਮਿਲੀ ਹੈ ਕਥਿਤ ਸ਼ਰਾਬ ਘੁਟਾਲੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੂੰ ਦੇਸ਼ ਦੀ ਸੁਪਰੀਮ ਅਦਾਲਤ ਤੋਂ ਇਹ ਵੱਡੀ ਰਾਹਤ ਮਿਲੀ ਹੈ ਸੁਪਰੀਮ ਦੀ ਡਬਲ ਬੈਂਚ ਨੇ 1 ਜੂਨ ਤੱਕ ਉਹਨਾਂ ਨੂੰ ਚੋਣ ਪ੍ਰਚਾਰ ਲਈ ਜ਼ਮਾਨਤ ਦਿੱਤੀ ਹੈ 2 ਜੂਨ ਨੂੰ ਹਰ ਹਾਲਤ ਵਿੱਚ ਸਰੈਂਡਰ ਕਰਨਾ ਹੋਵੇਗਾ ਹਾਲਾਂਕਿ ਕੇਜਰੀਵਾਲ ਦੇ ਵਕੀਲਾਂ ਨੇ 4 ਜੂਨ ਤੱਕ ਨਤੀਜਿਆਂ ਤੱਕ ਰਾਹਤ ਦੀ ਅਪੀਲ ਕੀਤੀ ਹੈ ਯਾਨੀ ਕਿ 4 ਜੂਨ ਨੂੰ ਜਦੋਂ ਵੋਟਾਂ ਦੇ ਨਤੀਜੇ ਆਉਣਗੇ ਉਦੋਂ ਤੱਕ ਉਹ ਰਾਹਤ ਮੰਗ ਰਹੇ ਸਨ ਪਰ ਅਦਾਲਤ ਨੇ ਇਹ ਮੰਗ ਨਹੀਂ ਮੰਨੀ ਖਾਰਜ ਕਰ ਦਿੱਤਾ ਸੁਪਰੀਮ ਕੋਰਟ ਨੇ 2 ਦਿਨਾਂ ਤੱਕ ਕੇਜਰੀਵਾਲ ਦੇ ਵਕੀਲ ਅਤੇ ਈਡੀ ਦੀਆਂ ਦਲੀਲਾਂ ਸੁਣ ਤੋਂ ਬਾਅਦ ਸਿਰਫ ਇੱਕ ਲਾਈਨ ਦੇ ਵਿੱਚ ਆ ਕੇ ਆਪਣਾ ਫੈਸਲਾ ਸ਼ੁੱਕਰਵਾਰ ਨੂੰ ਸੁਣਾ ਦਿੱਤਾ ਸੁਪਰੀਮ ਕੋਰਟ ਦੀ ਜ਼ਮਾਨਤ ਦਾ ਆਰਡਰ ਟ੍ਰਾਇਲ ਕੋਰਟ ਵਿੱਚ ਜਾਵੇਗਾ ਟ੍ਰਾਇਲ ਆਰਡਰ ਦੇ ਰਿਲੀਜ਼ ਹੋਣ ਤੋਂ ਬਾਅਦ ਇਹ ਤਿਹਾਰ ਜੇਲ੍ਹ ਪ੍ਰਸ਼ਾਸਨ ਨੂੰ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਰਿਹਾਈ ਹੋਵੇਗੀ ਤਿਹਾਰ ਜੇਲ੍ਹ ਵਿੱਚ ਜਿੰਨੇ ਵੀ ਰਿਲੀਜ਼ ਆਰਡਰ ਆਉਂਦੇ ਨੇ ਉਹਨਾਂ ਦਾ ਇੱਕ ਘੰਟਿਆਂ ਦੇ ਇੱਕ ਘੰਟੇ ਦੇ ਅੰਦਰ ਅੰਦਰ ਨਿਪਟਾਰਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਮੀਦ ਇਹੀ ਜਤਾਈ ਜਾ ਰਹੀ ਹੈ ਕਿ ਕੇਜਰੀਵਾਲ ਹਰ ਹਾਲਤ ਵਿੱਚ ਸ਼ੁੱਕਰਵਾਰ ਨੂੰ ਹੀ ਰਿਹਾਅ ਹੋ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਨੇ ਦਿੱਲੀ ਵਿੱਚ ਜੇਲ੍ਹ ਦੇ ਬਾਹਰ ਕੇਜਰੀਵਾਲ ਨੂੰ ਰਿਸਿਵ ਕਰਨ ਦੇ ਲਈ ਪਹੁੰਚ ਚੁੱਕੇ ਨੇ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਤਿੰਨ ਅਹਿਮ ਗੱਲਾਂ ਕਹੀਆਂ ਨੇ ਪਹਿਲਾ ਕਿ ਉਹ ਸ਼ਰਾਬ ਨੀਤੀ ਕੇਸ ਬਾਰੇ ਕੁਝ ਨਹੀਂ ਬੋਲਣਗੇ ਉਹਨਾਂ ਦੇ ਚੋਣ ਪ੍ਰਚਾਰ ਕਰਨ ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੋਵੇਗੀ 2 ਜੂਨ ਨੂੰ ਸਰੈਂਡਰ ਕਰਨਾ ਹੋਵੇਗਾ ਅੰਤਰਿਮ ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ 22 ਦਿਨਾਂ ਦੇ ਵਿੱਚ ਕੋਈ ਫਰਕ ਨਹੀਂ ਪਵੇਗਾ ਜਸਟਿਸ ਰਣਜੀਵ ਸੰਜੀਵ ਖੰਨਾ ਨੇ ਕਿਹਾ ਅਗਸਤ 2022 ਵਿੱਚ ਜੀਡੀ ਨੇ ਕੇਸ ਦਰਜ ਕੀਤਾ ਸੀ ਮਾਰਚ 2024 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਡੇਢ ਸਾਲ ਤੱਕ ਉਹ ਕਿੱਥੇ ਸੀ ਗ੍ਰਿਫਤਾਰੀ ਚੋਣਾਂ ਤੋਂ ਬਾਅਦ ਜਾਂ ਫਿਰ ਪਹਿਲਾਂ ਵੀ ਹੋ ਸਕਦੀ ਸੀ ਐਨ ਚੋਣਾਂ ਤੋਂ ਪਹਿਲਾਂ ਕਿਉਂ ਕੀਤੀ ਗਈ ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ ਕੇਜਰੀਵਾਲ ਕੋਈ ਅਪਰਾਧੀ ਨਹੀਂ ਹੈ ਉਹ ਦਿੱਲੀ ਦੇ ਚੁਣੇ ਹੋਏ ਮੁੱਖ ਮੰਤਰੀ ਨੇ ਚੋਣਾਂ 5 ਸਾਲ ਵਿੱਚ ਇੱਕ ਵਾਰ ਹੀ ਆਉਂਦੀਆਂ ਨੇ ਜੇ ਚੋਣਾਂ ਨਹੀਂ ਚੱਲ ਰਹੀਆਂ ਹੁੰਦੀਆਂ ਤਾਂ ਅੰਤ੍ਰ임 ਜ਼ਮਾਨਤ ਦਾ ਸਵਾਲ ਵੀ ਪੈਦਾ ਨਾ ਹੁੰਦਾ ਅਦਾਲਤ ਨੇ ਸੁਣਵਾਈ ਦੌਰਾਨ ਇਹ ਵੀ ਸ਼ਰਤ ਰੱਖੀ ਕਿ ਕੇਜਰੀਵਾਲ ਸਰਕਾਰੀ ਕੰਮਕਾਜ ਵਿੱਚ ਦਖਲ ਨਹੀਂ ਦੇਣਗੇ ਜੇ ਉਹਨਾਂ ਨੇ ਦਿੱਤਾ ਤਾਂ ਹਿੱਤਾਂ ਦਾ ਟਕਰਾਅ ਹੋਵੇਗਾ ਇਸ ਤੇ ਕੇਜਰੀਵਾਲ ਦੇ ਵਕੀਲ ਨੇ ਕਿਹਾ ਕਿ ਸਾਨੂੰ ਮਨਜ਼ੂਰ ਹੈ ਯਾਨੀ ਕਿ ਕੇਜਰੀਵਾਲ ਮੁੱਖ ਮੰਤਰੀ ਹੁੰਦੇ ਹੋਏ ਵੀ ਸਰਕਾਰੀ ਕੰਮਕਾਜ ਦੇ ਵਿੱਚ ਕੋਈ ਦਖਲ ਨਹੀਂ ਦੇ ਸਕਦੇ ਪਰ ਐਲਜੀ ਫਾਈਲਾਂ ਨੂੰ ਸਾਈਨ ਦੀ ਵਜ੍ਹਾ ਕਰਕੇ ਨਾ ਰੋਕਣ ਇਹ ਵੀ ਕੇਜੂਵਾਲ ਦੇ ਵਕੀਲ ਨੇ ਕਿਹਾ ਹੈ ਕਿ ਅਸੀਂ ਦਖਲ ਨਹੀਂ ਦੇਵਾਂਗੇ ਸੀਐਮ ਕੇਜੂਵਾਲ ਦਖਲ ਨਹੀਂ ਦੇਣਗੇ ਪਰ ਦਿੱਲੀ ਦੇ ਜਿਹੜੇ ਲੈਫਟੀਨੈਂਟ ਗਵਰਨਰ ਨੇ ਉਹ ਫਾਈਲਾਂ ਨੂੰ ਸਾਈਨਾਂ ਦੀ ਵਜ੍ਹਾ ਕਰਕੇ ਰੋਕ ਕੇ ਨਾ ਬੈਠੇ ਰਾਂ ਅੰਤਿਮ ਜ਼ਮਾਨਤ ਦੇ ਵਿਰੋਧ ਵਿੱਚ ਜ਼ਾਹਿਰ ਤੌਰ ਤੇ ED ਨੇ ਦਲੀਲਾਂ ਦਿੱਤੀਆਂ ਕਹਿੰਦੇ ਚੋਣ ਪ੍ਰਚਾਰ ਜ਼ਮਾਨਤ ਦਾ ਆਧਾਰ ਨਹੀਂ ਹੋ ਸਕਦਾ ਕਿਉਂਕਿ ਇਹ ਕੋਈ ਮੌਲਿਕ ਅਧਿਕਾਰ ਜਾਂ ਫਿਰ ਕਾਨੂੰਨੀ ਅਧਿਕਾਰ ਨਹੀਂ ਹੈ ਐਨਾ ਹੀ ਨਹੀਂ ED ਨੇ ਕਿਹਾ ਕਿ ਜ਼ਮਾਨਤ ਦੇਣ ਦੇ ਨਾਲ ਗਲਤ ਮਿਸਾਲ ਕਾਇਮ ਹੋਵੇਗੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਸਵਾ MP ਸੰਜੇ ਸਿੰਘ ਨੂੰ ਵੀ ਅਦਾਲਤ ਨੇ ਜ਼ਮਾਨਤ ਦਿੱਤੀ ਸੀ ਜਦਕਿ ਸਾਬਕਾ ਉਪ ਮੰਤਰੀ ਮਨੀਸ਼ ਸੋਦੀਆ ਤੇ ਸਤੇਂਦਰ ਜੈਨ ਸਮੇਤ ਆਪ ਦੇ ਕਈ ਲੀਡਰ ਹਾਲੇ ਵੀ ਜੇਲ੍ਹ ਵਿੱਚ ਹਨ ਅਦਾਲਤ ਦੇ ਇਸ ਵੱਡੇ ਫੈਸਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਪ੍ਰੀਮ ਕੋਰਟ ਦਾ ਧੰਨਵਾਦ ਕੀਤਾ ਕਿਹਾ ਕਿ ਅਸੀਂ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਸ਼ਿੱਦਤ ਨਾਲ ਲੜਾਂਗੇ ਸੋ ਸ਼ੁੱਕਰਵਾਰ ਨੂੰ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਗੁਰਦਾਸਪੁਰ ਰੈਲੀ ਸੀ ਪਰ ਅੱਜ ਇਹ ਰੈਲੀ ਨੂੰ ਰੱਦ ਕਰਕੇ ਉਹ ਤੁਰੰਤ ਦਿੱਲੀ ਰਵਾਨਾ ਹੋ ਗਏ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਕੇਜਰੀਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੱਦਾਵਰ ਲੀਡਰ ਹਨ ਉਹਦੇ ਵਜੋਂ ਉਹਨਾਂ ਦਾ ਹੀ ਕਦ ਉਚਾ ਹੈ ਤੇ ਕੇਜਰੀਵਾਲ ਦੇ ਜੇਲ੍ਹ ਵਿੱਚ ਹੋਣ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਿਰ ਤੇ ਹੀ ਸਭ ਤੋਂ ਵੱਧ ਜ਼ਿੰਮੇਵਾਰੀ ਚੋਣ ਪ੍ਰਚਾਰ ਦੀ ਪਈ ਹੋਈ ਸੀ ਸੋ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਗੁਰਦਾਸਪੁਰ ਚੋਣ ਪ੍ਰਚਾਰ ਕਰਨਾ ਸੀ ਪਰ ਸ਼ੈਰੀ ਕਲਸੀ ਦੀ ਕਿਸਮਤ ਥੋੜੀ ਢਿੱਲੀ ਰਹਿ ਗਈ ਕਿਉਂਕਿ ਕੇਜਰੀਵਾਲ ਦੀ ਰਿਹਾਈ ਦੇ ਆਰਡਰ ਹੋਣ ਕਰਕੇ ਲੱਗਾ ਤੁਰੰਤ ਭਗਵੰਤ ਮਾਨ ਜਿਹੜੇ ਨੇ ਉਹ ਦਿੱਲੀ ਨੂੰ ਰਵਾਨਾ ਹੋ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਵੀ ਪ੍ਰਤੀਕਿਰਿਆ ਦਿੰਦੇ ਹੋਏ ਕਿ ਹਾਂ ਕਿ ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਮਿਲੀ ਹੈ ਕਿ ਅਰਵਿੰਦ ਕੇਜੀਵਾਲ ਨੂੰ ਅੰਤਰੀਮ ਜ਼ਮਾਨਤ ਮਿਲ ਗਈ ਹੈ ਕਹਿੰਦੇ ਮੌਜੂਦਾ ਚੋਣਾਂ ਦੇ ਵਿੱਚ ਉਹਨਾਂ ਦੀ ਇਹ ਜ਼ਮਾਨਤ ਉਹਨਾਂ ਦੀ ਮੌਜੂਦਗੀ ਬੜੀ ਮਦਦਗਾਰ ਸਾਬਤ ਹੋਵੇਗੀ ਤੇ ਕੇਜੀਵਾਲ ਨੂੰ ਜੇਲ੍ਹ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਦਿੱਲੀ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਸ਼ਨ ਮਨਾਇਆ ਮੰਤਰੀ ਗੋਪਾਲ ਰਾਏ ਜਿਹੜੇ ਦਿੱਲੀ ਦੇ ਕੈਬਨਿਟ ਮੰਤਰੀ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿਹਾ ਕਿ ਸੁਪਰੀਮ ਕੋਰਟ ਨੇ ਦੇਸ਼ ਦੇ ਲੋਕਾਂ ਨੂੰ ਤਾਨਾਸ਼ਾਹੀ ਸ਼ਾਸਨ ਦੌਰਾਨ ਉਮੀਦ ਦੀ करन दिखाई है इस तंत्र में जमानत नाल पूरे देश में खुशी की लहर है कहंदे इस सच दी जीत है आम आदमी पार्टी ने सुप्रीम कोर्ट का धन्यवाद किया तीन-तीन बार के प्रचंड बहुमत से चुने हुए मुख्यमंत्री को लोकसभा चुनाव में प्रचार से केंद्र की भारतीय जनता पार्टी की मोदी सरकार ने वंचित किया था आज सर्वोच्च न्यायालय ने इस देश से मोहब्बत करने वाले संविधान से मोहब्बत करने वाले लोकतंत्र से मोहब्बत करने वाले के दिलों में एक उम्मीद की किरण जगाई है हम पूरी दिल्ली के लोगों की तरफ से देश के संविधान प्रेमियों की तरफ से पूरी पार्टी की तरफ से सर्वोच्च न्यायालय का धन्यवाद करना चाहते हैं कि उन्होंने इस तानाशाही के अंधकार युग में दिल्ली के मुख्यमंत्री अरविंद केजरीवाल को अंतरिम बेल बीजेपी के शराब घोटाले दो जून सरेंडर करना पवेगा में लिप्त हैं। आज महान सुप्रीम कोर्ट के जजमेंट के बाद क्लियर हो गया उनको एक तारीख के लिए केवल चुनाव के लिए कोर्ट ने अलाउ किया है और एक तारीख के बाद उनको दोबारा जेल जाना होगा अरविंद केजरीवाल जी को एक जून के बाद दोबारा जेल जाना होगा सुप्रीम कोर्ट ने स्पष्ट कर दिया अरविंद केजरीवाल जी को केवल और केवल पंद्रह दिन के लिए चुनाव के लिए बाहर रह सकेंगे शराब घोटाले में लिप्त अरविंद केजरीवाल जी भ्रष्टाचार में लिप्त अरविंद केजरीवाल जी बेईमानी का करप्शन का पैसा इकट्ठे करने वाले अरविंद केजरीवाल जी को एक तरीको दोबारा जेल जाना होगा आज बड़ा स्पष्ट हो गया अरविंद केजरीवाल और आम आदमी पार्टी कहती थी, थी वो ईमानदार हैं उन्होंने कोई करप्शन नहीं की कोई बेईमानी नहीं की तो फिर उनको एक तरीक को जेल क्यों जाना होगा आज दिल्ली और देश के लोग पूछ रहे हैं अरविंद केजरीवाल जी इतनी बड़ी करप्शन इतने बड़े घोटाले ਉਧਰ ਲੰਡਨ ਦੇ ਵਿੱਚ ਇਲਾਜ ਕਰਵਾ ਰਹੇ ਤੇ ਕੇਜਰੀਵਾਲ ਦੀ ਸੱਜੀ ਬਾਹ ਮੰਨੇ ਜਾਂਦੇ ਰਾਗਵ ਚੱਡਾ ਨੇ ਵੀ ਟਵੀਟ ਕੀਤਾ ਕਹਿੰਦੇ ਅੱਜ ਹਰੇਕ ਦੇਸ਼ਵਾਸੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਨੇ ਉਹਨਾਂ ਦੇ ਵੱਡੇ ਭਰਾ ਤੇ ਪੁੱਤਰ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਣ ਵਾਲੇ ਨੇ ਅੱਜ ਸ਼ਾਮ ਕਹਿੰਦੇ ਜੇਲ੍ਹਾਂ ਦੇ ਤਾਲੇ ਟੁੱਟਣਗੇ ਕੇਜਰੀਵਾਲ ਛੁੱਟਣਗੇ ਲੋਕਤੰਤਾ ਦੇ ਰੱਖਿਆ ਲਈ ਸੁਪਰੀਮ ਕੋਰਟ ਦਾ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ कुछ दिन पहला शराब घोटाले विच ही जमानत बाहर आए संजय सिंह ने कहा के कि केजरीवाल का कमाल हम देश सच किता जा सकता सत्य परेशान हो सकता है पराजित नहीं आज माननीय सर्वोच्च न्यायालय का ऐतिहासिक फैसला आया चुनाव के प्रचार के लिए अंतरिम जमानत की राहत अरविंद केजरीवाल को देना एक बहुत ही स्वागत योग्य फैसला है हम सब लोग इसका स्वागत करते हैं और अब पूरे देश में एक सकारात्मक वातावरण बनेगा जो अन्याय अत्याचार और तानाशाही है देश के प्रधानमंत्री और भारतीय जनता पार्टी की उसका अंत होगा अब देश केजरीवाल का कमाल देखेगा जय हिंद हिंद साथियों सत्य परेशान हो सकता है पराजित नहीं आज माननीय सर्वोच्च न्यायालय का ऐतिहासिक फैसला आया चुनाव के प्रचार के लिए अंतरिम जमानत की राहत अरविंद केजरीवाल को देना एक बहुत ही स्वागत योग्य फैसला है ਪੰਜਾਬ ਦੇ ਸਿਹਤ ਮੰਤਰੀ ਤੇ ਪਟਿਆਲਾ ਤੋਂ ਉਮੀਦਵਾਰ ਡਾਕਟਰ ਬਲਵੀਰ ਸਿੰਘ ਨੇ ਕੇਜਰੀਵਾਲ ਨੂੰ ਸ਼ੇਰ ਦੱਸਿਆ ਕਹਿੰਦੇ ਹੁਣ ਪੂਰੇ ਦੇਸ਼ ਦਾ ਚੋਣ ਮਹੌਲ ਬਦਲ ਜਾਊਗਾ ਖਾਸ ਕਰਕੇ ਪੰਜਾਬ ਦੇ ਵਿੱਚ ਕੇਜਰੀਵਾਲ ਪੂਰੇ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕਰਨਗੇ ਤੇ ਸਾਡੇ ਜਿਹੜੇ ਜਿੰਨੇ ਵੀ ਸਾਡੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਜੀ ਸਾਰਿਆਂ ਦਾ ਜਿਹੜਾ ਹੈਗਾ ਮੂਡ ਇੰਨਾ ਜ਼ਿਆਦਾ ਜਿਹੜੀਆਂ ਮਤਲਬ ਖੁਸ਼ੀ ਹੋਈ ਹੈ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਔਰ ਮਿਲੀਅਨਸ ਆਫ ਬਿਲੀਅਨਸ ਆਫ ਪ੍ਰੇਅਰਸ ਹੈਜ਼ ਬੀਨ ਅਨਸਰਡ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਔਰ ਸਾਨੂੰ ਪੂਰਾ ਕੌਨਫੀਡੈਂਸ ਹੈ ਜੀ ਸਟੇਸ ਹਾਸ ਟੂ ਪ੍ਰਵੇਲ ਸੱਚ ਨੂੰ ਬਹੁਤ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪ੍ਰਤਾੜਿਤ ਕਰਨ ਦੀ ਕੋਸ਼ਿਸ਼ ਕੀਤੀ ਬਟ ਅੱਜ ਇਸ ਚਾਈ ਦੀ ਜਤ ਸ਼ੁਰੂ ਹੋ ਗਈ ਹੈ ਤੇ ਇਹਦਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਵਿੱਚ ਮਤਲਬ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਕੋਟ ਕੋਟ ਧੰਵਾਦ ਕਰਦਾ ਕਿ ਉਹਨਾਂ ਨੇ ਸਾਡੀਆਂ ਪ੍ਰੇਅਰ ਸੁਣੀਆਂ ਔਰ ਤੁਸੀਂ ਦੇਖਿਓ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਜਿਹੜੀ ਕੈਂਪੇਨ ਹੈ ਜਦੋਂ ਸਾਡੇ ਬੱਬਰ ਸ਼ੇਰਾਂ ਨੇ ਪੰਜਾਬ ਦੇ ਵਿੱਚ ਤੁਸੀਂ ਦੇਖਿਓ ਉਹਨਾਂ ਦਾ ਜਲਵਾ ਦੇਖਿਓ ਸੋ ਜ਼ਾਹਿਰ ਤੌਰ ਤੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਹੈ ਜਿਹੜੀ ਉਹ ਵਿਰੋਧੀਆਂ ਦੇ ਲਈ ਕੋ ਬਹੁਤ ਹੀ ਖੁਸ਼ੀ ਦੀ ਗੱਲ ਨਹੀਂ ਹੋਵੇਗੀ ਖਾਸ ਕਰਕੇ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਰੂਲਿੰਗ ਪਾਰਟੀ ਹੈ ਤੇ ਇੱਥੇ ਵਿਰੋਧੀ ਧਿਰ ਦੀਆਂ ਜਿਹੜੀਆਂ ਪਾਰਟੀਆਂ ਨੇ ਜਿੰਨੀਆਂ ਵੀ ਵਿਰੋਧੀ ਧਰਾਨੇ ਸਾਰੀਆਂ ਆਪੋ ਆਪਣੇ ਤੌਰ ਤੇ ਚੋਣ ਮੈਦਾਨ ਵਿਚ ਨੇ ਕਿਸੇ ਦਾ ਇੱਥੇ ਕਿਸੇ ਨਾਲ ਗੱਠ ਜੋੜ ਨਹੀਂ ਹਨ ਤੇ ਜੇ ਅਰਵਿੰਦ ਕੇਜੀਵਲ ਧੂਆਂਤਾਰ ਪ੍ਰਚਾਰ ਕਰਦੇ ਨੇ ਹਾਲਾਂਕਿ ਅਦਾਲਤ ਨੇ ਰੋਕ ਲਾਈ ਹੈ ਕਿ ਉਹ ਆਪਣੇ ਕੇਸ ਦੀ ਕੋਈ ਗੱਲ ਨਹੀਂ ਕਰਨਗੇ ਲੋਕਾਂ ਨਾਲ ਪਰ ਫਿਰ ਵੀ ਕਿਤੇ ਨਾ ਕਿਤੇ ਸਿੰਮਥੀ ਹੈ ਜਿਹੜੀ ਉਹ ਲੋਕਾਂ ਦੀ ਜ਼ਰੂਰ ਜੁੜ ਜਾਂਦੀ ਹੈ